ਕਿ ਪੰਜਾਬੀ ਮਿਊਜ਼ਿਕ ਨੂੰ ਤੁਸੀਂ ਬੜਾ ਸਪੋਰਟ ਕਰਦੇ ਹੋ, ਪਿਆਰ ਕਰਦੇ ਹੋ, ਕਿਉਂਕਿ ਇਹ ਸਪੋਰਟ ਇਨ ਦਾ ਸੈਂਸ ਕਿ ਤੁਹਾਨੂੰ ਚੰਗਾ ਲੱਗਦਾ ਕਿ ਗੱਲ ਕਰਾਂ ਮੈਂ ਇਹ ਸਪੋਰਟ ਲਈ ਨਹੀਂ ਆ, ਮੇਰਾ ਜੈਨੂਇਨ ਇਸ਼ਕ ਆ ਪੰਜਾਬੀ ਮਿਊਜ਼ਿਕ ਦਾ। ਇਹ ਨਾ ਇਹਦਾ ਕੁਛ ਇਹਦਾ ਇੱਦਾਂ ਨਹੀਂ ਕਿ ਮੈਂ ਇਹਦੇ ਨਾਲ ਕੁਛ ਪ੍ਰੂਵ ਕਰਨਾ ਜਾਂ ਕੁਛ, ਉਹ ਮੇਰੀ ਆਈਡੈਂਟੀ ਦਾ ਹਿੱਸਾ ਆ, ਮੇਰੀ ਐਗਜ਼ਿਸਟੈਂਸ ਦਾ ਹਿੱਸਾ ਹੈ। ਹੁਣ ਪੰਜਾਬੀ ਆਰਟਿਸਟ ਪੂਰੀ ਦੁਨੀਆ 'ਚ ਆ, ਉਹ ਗਲੋਬਲ ਆਰਟਿਸਟ ਆ, ਤਾਂ ਉਹ ਮਤਲਬ ਜਦੋਂ ਜਿੱਦਾਂ ਏਮੀ ਭਾਜੀ ਜੇ ਆਉਂਦੇ, ਉਹ ਬੋਲੀਵੁੱਡ ਦੀ ਖੁਸ਼ਕਿਸਮਤੀ ਹੈ ਕਿ ਇਹ ਕਰਦੇ ਪਏ ਆ ਕੰਮ ਸਾਡੇ ਨਾਲ, ਤਾਂ ਉਹ ਓਥੈਂਟਿਸਿਟੀ ਸਾਡੇ ਕੋਲ ਆਉਂਦੀ ਪਈ ਆ, ਉਹ ਕਲਚਰ ਸਾਡੇ ਕੋਲ ਆਉਂਦਾ ਪਿਆ, ਉਹ ਮਿੱਟੀ ਦੀ ਖੁਸ਼ਬੂ ਪਿਆਰ ਸਾਰਾ ਆਉਂਦਾ ਪਿਆ। ਏਮੀ ਬਾਈ ਕੁੜਤਾ ਚਾਦਰਾ ਪਾ ਕੇ ਜਾਣਾ, ਪੰਜਾਬ ਦੇ ਜਿਹੜੇ ਰੂਟਸ ਹੈਗੇ ਆ ਉਹਨਾਂ ਨੂੰ ਇਸ ਲੈਵਲ ਤੱਕ ਮੇਨਟੇਨ ਕਰਕੇ ਰੱਖਣਾ ਕਿ ਹਾਂ ਵੀ ਤੁਸੀਂ ਪਤਾ ਲੱਗਦਾ ਕਿ ਇਨਸਾਨ ਇੱਕ ਤਾਂ ਦਿਲ ਤੋਂ ਪੰਜਾਬੀ, ਇੱਕ ਆਪਣੇ ਰੂਟਸ ਨਾਲ ਜੁੜਿਆ ਹੋਇਆ, ਐਂਡ ਦੂਜੀ ਗੱਲ ਕਿ ਮਾਣ ਹੁੰਦਾ ਹੈ ਨਾ। ਸਭ ਤੋਂ ਵੱਡੀ ਗੱਲ ਆ ਜਿਹੜਾ ਸਿਰ 'ਤੇ ਤਾਜ ਸਜਾਇਆ ਨਾ ਅਕਾਲ ਪੁਰਖ ਨੇ ਸਾਡੇ, ਇਦੋਂ ਵੱਡੀ ਚੀਜ਼ ਹੀ ਕੋਈ ਨਹੀਂ। ਪਹਿਲਾਂ ਇੱਕ ਭਾਅ ਜੀ ਮਨ ਦੇ ਵਿੱਚ ਲੋਕਾਂ ਦੀ ਇੱਕ ਚੀਜ਼ ਹੁੰਦੀ ਸੀਗੀ, ਲੋਕ ਸੋਚਦੇ ਸੀ ਵੀ ਸਰਦਾਰ ਕੁੜੀ ਦੇ ਪੁਆਇੰਟ ਆਫ ਵਿਊ ਤੋਂ ਜੇ ਮੈਂ ਗੱਲ ਕਰਾਂ, ਉਹ ਕਹਿੰਦੇ ਵੀ ਸਰਦਾਰ ਮੁੰਡਾ ਮੈਂ ਵਿਆਹ ਨਹੀਂ ਕਰਾਉਣਾ। ਅੱਜ ਕੱਲ੍ਹ ਇੱਦਾਂ ਹੁੰਦਾ ਵੀ ਸਰਦਾਰ ਬੰਦਾ ਤਾਂ ਮਨ ਕਰਦਾ ਵੀ ਅਸੀਂ ਸੇਫ ਐਂਡ ਸਿਕਿਓਰ ਹਾਂ ਅਤੇ ਵੀ ਸਰਦਾਰ ਮੁੰਡਾ ਓਕੇ ਹੈ। ਤ੍ਰਿਪਤੀ ਨੂੰ ਕਿਹੜੀ ਚੀਜ਼ ਨੇ ਅਟਰੈਕਟ ਕੀਤਾ ਪੰਜਾਬ ਆ? ਜੀ ਮੈਂ ਦੇਖ ਰਹੀ ਹੂੰ, ਮੈਂ ਪਿਛਲੀ ਵਾਰ ਵੀ ਇਹ ਚੀਜ਼ ਓਬਜ਼ਰਵ ਕੀਤੀ ਔਰ ਅੱਜ ਵੀ ਕੀਆ ਹੈ ਕਿ ਲੋਕ ਬਹੁਤ ਪਿਆਰ ਸੇ ਮਿਲਤੇ ਜੁਲਤੇ ਔਰ ਬੋਲੀ ਬਹੁਤ ਪਿਆਰੀ ਹੈ, ਤੋ ਇਹ ਚੀਜ਼ ਜ਼ਾਕੁਦ ਪੰਜਾਬੀਆਂ 'ਚ ਕੰਟਰੋਲ ਕਿਹੜਾ ਆ ਘਰੇ ਲੈ ਕੇ ਗਿਓ ਜਦੋਂ ਵਿੱਕੀ ਪਾਈ ਤ੍ਰਿਪਤੀ ਹੋਰਾਂ ਨੂੰ? ਘਰੇ ਬੜਾ ਮਸਲਾ ਰਿਹਾ, ਮੇਰੀ ਡਾਟਰ ਬੜੀ ਰੋਈ ਵੀ ਚਾਚੀ ਚੱਲੇ ਚਾਚੀ ਚੱਲੇ। ਮੈਂ ਸੱਚੀ ਮੇਰਾ ਦਿਲ ਨੂੰ ਕੁਝ ਸੱਚੀ ਮੈਂ ਜਦੋਂ ਭਾਬੀ ਨੂੰ ਮਿਲਿਆ ਬਹੁਤ ਸਵੀਟ ਸੀਗੇ, ਇੰਨਾ ਮਤਲਬ ਸੱਚੀ ਇੱਦਾਂ ਘਰ ਵਾਂਗੂ ਸਾਨੂੰ ਟ੍ਰੀਟ ਕੀਤਾ, ਨਾਲੇ ਇਹਨਾਂ ਦੀ ਕੁੜੀ। ਮੈਂ ਕਹਿੰਦਾ ਉਹਨੂੰ ਜਦ ਮੈਂ ਮਿਲਿਆ ਨਾ, ਮੇਰਾ 0% ਮਨ ਸੀਗਾ ਕਿ ਮੈਂ ਇਹਨਾਂ ਦੇ ਘਰ ਚੋਂ ਬਾਹਰ ਨਿਕਲ ਕੇ ਫਿਲਮ ਪ੍ਰਮੋਟ ਕਰਾਂ। ਸਭ ਕੁਛ ਬਦਲ ਗਿਆ ਮੇਰਾ, ਚੱਲ ਜਰ ਹੀ ਜਾਵਾਂਗੀ ਵਿਜੇ, ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ। ਸਤਿ ਸ਼੍ਰੀ ਅਕਾਲ ਜੀ, ਮੈਂ ਸਾਹਿਲ, ਤੁਸੀਂ ਦੇਖ ਰਹੇ ਹੋ ਜੀ ਨਿਊਜ਼ 18 ਪੰਜਾਬ। ਵੈਸੇ ਤਾਂ ਜੀ ਗੁੱਡ ਨਿਊਜ਼ ਇਹ ਹੈ ਕਿ ਸਾਡੇ ਪੰਜਾਬ ਬੜੇ ਧੁਰੰਦਰ ਕਲਾਕਾਰ ਆਏ ਹੋਏ ਨੇ, ਪਰ ਫਿਲਮ ਲੈ ਕੇ ਆਏ ਨੇ ਜੀ ਬੈਡ ਨਿਊਜ਼, ਜਿਹੜੀ ਕਿ ਸਾਨੂੰ ਬੜੀ ਗੁੱਡ ਨਿਊਜ਼ ਲੱਗ ਰਹੀ ਹੈ, ਅਤੇ ਇਹਦੇ ਵਾਸਤੇ ਤੁਹਾਨੂੰ ਤਿੰਨਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਥੈਂਕ ਯੂ, ਮਿਹਰਬਾਨੀ, ਚਾਹੁੰਦੇ ਰਹੋ। ਥੈਂਕ ਯੂ ਸੋ ਮਚ ਐਂਡ ਵੈਲਕਮ ਟੂ ਪੰਜਾਬ ਭਾਜੀ, ਕਿਉਂਕਿ ਸਾਡੇ ਵਾਸਤੇ ਤਾਂ ਸਾਨੂੰ ਬੜੀ ਮਾਣ ਵਾਲੀ ਗੱਲ ਹੋਈ ਜਦੋਂ ਤੁਸੀਂ ਪੰਜਾਬ ਆਉਂਦੇ ਹੋ, ਸਪੈਸ਼ਲੀ ਤੁਸੀਂ ਜਦੋਂ ਕੋਈ ਵੀ ਇਨਸਾਨ ਬੋਲੀਵੁੱਡ ਦਾ ਜਦੋਂ ਇੱਥੋਂ ਆਉਂਦਾ ਆ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਆ। ਮੇਰਾ ਤਾਂ ਵੀਰੇ ਪਿੰਡ ਹੀ ਆ ਹੁਸ਼ਿਆਰਪੁਰ, ਅਤੇ ਮੇਰੇ ਲਈ ਤਾਂ ਪੰਜਾਬ ਵੀ ਆਉਣਾ ਘਰ ਆਉਣ ਵਰਗਾ ਆ, ਅਤੇ ਬਹੁਤ ਖੁਸ਼ੀ ਮਿਲਦੀ ਹੈ ਇੱਥੇ ਆ ਕੇ, ਅਤੇ ਬਹੁਤ ਪਿਆਰ ਮਿਲਦਾ, ਬਹੁਤ ਅੱਛਾ ਖਾਣਾ ਮਿਲਦਾ। ਯੂ ਨੈਸ਼ਨਲ ਕ੍ਰਸ਼ ਆਫ ਇੰਡੀਆ, ਵੈਲਕਮ ਟੂ ਪੰਜਾਬ। ਥੈਂਕ ਯੂ ਸੋ ਮਚ, ਮੇਰਾ ਸੈਕਿੰਡ ਟਾਈਮ ਹੈ ਪੰਜਾਬ ਮੈਂ, ਪਹਿਲੀ ਵਾਰ ਮੈਂ ਇਨਕੋ ਬਤਾ ਰਹੀ ਥੀ 6 ਸਾਲ ਪਹਿਲੇ ਆਈ ਥੀ ਜਬ ਲੈਲਾ ਮਜਨੂੰ ਨੂੰ ਪ੍ਰਮੋਟ ਕਰਨੇ ਆਈ ਥੀ, ਉਸ ਵਕਤ ਵੀ ਕਾਫੀ ਖਾਇਆ ਥਾ ਔਰ ਅੱਜ ਵੀ ਵਹੀ ਹਾਲ ਹੈ, ਔਰ ਕੋਸ਼ਿਸ਼ ਕਰੂੰਗੀ ਕਿ ਅਗਲੀ ਵਾਰ ਘੁੰਮਣੇ ਕੇ ਲੈ ਆਉਂ ਯਹਾਂ ਪੇ, ਲੰਬਾ ਰਹਿ ਕੇ। ਗ੍ਰੇਟ, ਲੁਕਿੰਗ ਫਾਰਵਰਡ ਟੂ ਇਟ। ਐਂਡ ਹੁਣ ਆਨੇ ਐਮਵੀ ਬਾਈ ਤੇ, ਐਮਵੀ ਬਾਈ ਸਭ ਤੋਂ ਮੈਨੂੰ ਵੀ ਬਹੁਤ ਅੱਛਾ ਲੱਗਦਾ ਪੰਜਾਬ। ਵੇਟ, ਹੁਣ ਦਿਲ ਦੇ ਅਲਫਾਜ਼ ਮਰਦਾ ਨਿਕਲ ਲੈਣ ਦਿਓ। ਬੜੇ ਟਾਈਮ ਤੋਂ ਵੇਟ ਸੀਗੀ ਬਈ ਕਿ ਸਾਡਾ ਭਰਾ ਇਸ ਤਰੀਕੇ ਨਾਲ ਛਾਵੇ, ਕਿ ਸਾਨੂੰ ਯੂ ਨੋ ਇੱਕ ਇੱਦਾਂ ਲੱਗੇ ਕਿ ਹਾਂ ਬਈ ਬੰਦਾ ਮਿਹਨਤੀ ਅਤੇ ਹਾਰਡਵਰਕ ਉਹਨੇ ਇਸ ਤਰੀਕੇ ਨਾਲ ਕੀਤਾ ਆ ਕਿ ਅੱਜ ਉੱਥੇ ਜਾ ਕੇ ਚੰਡੀਗੜ੍ਹ ਗਿਆ ਸਾਡਾ ਭਰਾ। ਅਤੇ ਵੀਰੇ ਇਹਦੇ ਵਾਸਤੇ ਬਹੁਤ ਬਹੁਤ ਵਧਾਈਆਂ, ਸਮਾਂ ਬੜੀ ਦੇਰ ਤੋਂ ਆਇਆ ਪਰ ਬਹੁਤ ਵਧੀਆ ਲੱਗਿਆ ਕਿ ਆਇਆ ਬਾਈ। ਸਾਰੇ ਲੋਕਾਂ ਕਰਕੇ ਆ ਹੈ ਨਾ, ਲੋਕਾਂ ਦੇ ਪਿਆਰ ਕਰਕੇ ਇੰਨਾ ਤੁਸੀਂ ਪਿਆਰ ਕਰਦੇ ਹੋ, ਜੇ ਪੰਜਾਬੀ ਫਿਲਮਾਂ ਮਿਲੀਆਂ, ਪੰਜਾਬੀ ਗਾਣੇ ਮਿਲੇ, ਤੁਸੀਂ ਇੰਨਾ ਜ਼ਿਆਦਾ ਪਿਆਰ ਦਿੱਤਾ ਤਾਂ ਹੀ ਉਹਨਾਂ ਦੀ ਨਿਗਾਹ 'ਚ ਆਇਆ ਹੈ ਨਾ, ਅਤੇ ਤੁਹਾਡਾ ਕਿੱਥੋਂ ਦੇਣ ਦੇ ਸਕਦੇ ਹਾਂ। ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ, ਬਸ ਤੁਹਾਡਾ ਹੀ ਪਿਆਰ ਆ, ਤੁਸੀਂ ਗਾਂਹ ਲੈ ਕੇ ਜਾਣਾ, ਤੁਸੀਂ ਇੱਥੇ ਰੱਖਣਾ, ਆਪਣੇ ਘਰ ਬਾਲੋ ਗਾਂਹ ਲੈ ਜਾਓ, ਤੁਹਾਡੇ 'ਤੇ ਆ, ਤੁਸੀਂ ਕਿਰਪਾ ਕਰੀ ਰੱਖਿਓ, ਹਨੇਰੀਆਂ ਲਿਆ ਦਾਂਗੇ, ਬਾਬਾ ਸੁੱਖ ਰੱਖੇ। ਐਂਡ ਵਿੱਕੀ ਭਾਅ ਜੀ, ਤੁਹਾਨੂੰ ਪਤਾ ਹੈ ਚਲੋ ਜਿਹੜੀ ਪੂਰੇ ਇੰਡੀਆ ਦੀ ਜਿਹੜੇ ਲੋਕ ਹੈਗੇ ਆ, ਫੈਨਸ ਹੈਗੇ ਤੁਹਾਡੇ, ਉਹ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਹਾਂ, ਬਟ ਪੰਜਾਬ ਦੇ ਜਿਹੜੇ ਲੋਕ ਹੈਗੇ ਨਾ ਉਹਨਾਂ ਦੇ ਦਿਲਾਂ ਵਿੱਚ ਨਾ ਇੱਕ ਸੋਫਟ ਕੋਰਨਰ ਤੁਹਾਡੇ ਵਾਸਤੇ ਇਸ ਕਰਕੇ ਬਣ ਗਿਆ ਕਿ ਸਾਡੇ ਭਰਾ ਨਾਲ ਜਿੰਨਾ ਟਾਈਮ ਵੀ ਤੁਸੀਂ ਸਪੈਂਡ ਕੀਤਾ ਆ, ਜਿੰਨਾ ਵੀ ਟਾਈਮ ਤੁਸੀਂ ਰਹੇ ਹੋ, ਐਂਡ ਸਪੈਸ਼ਲ ਤੁਹਾਡੇ ਨੇਚਰ 'ਚ ਇਹ ਚੀਜ਼ ਐਡ ਹੋਈ ਹੈ ਜਿਹੜੀ ਬਹੁਤ ਜ਼ਿਆਦਾ ਚੀਜ਼ ਹਾਈਪ ਜ਼ਿਆਦਾ ਕ੍ਰੀਏਟ ਕਰ ਰਹੀ ਹੈ, ਕਿ ਵਿੱਕੀ ਦਾ ਜਿਹੜਾ ਨੇਚਰ ਆ ਨਾ ਉਹ ਇੰਨਾ ਕੁ ਪਿਆਰਾ, ਇੰਨਾ ਕੁ ਸਵੀਟ ਹੈ ਕਿ
ਘੁਲਣ ਮਿਲਣ ਚ ਕੋਈ ਵੀ ਦਿੱਕਤ ਨਹੀਂ, ਮੇਰੇ ਕਰਕੇ ਨੀ, ਮੇਰੇ ਕਰਕੇ ਹੋਇਆ ਜਾਂ ਕੁਛ ਹੋਇਆ, ਆਪ ਹੈ ਵੀ ਪੰਜਾਬੀ ਨੇ, ਬਲੱਡ ਵੀ ਪੰਜਾਬੀ ਹੈ, ਤੇ ਉਂਝ ਵੀ ਵੈਸੇ ਵੀ ਚਲੋ ਇੰਨੇ ਨੇਕ ਦਿਲ ਇਨਸਾਨ ਨੇ, ਜੈਨੂਅਨਲੀ ਹੱਥ ਨੂੰ ਹੱਥ ਹੁੰਦਾ ਨਾ, ਜੇ ਮਤਲਬ ਉਹਨਾਂ ਦਾ ਸੁਭਾਅ ਉਹੋ ਜਿਹਾ ਹੁੰਦਾ ਤੇ ਫਿਰ ਮੇਰਾ ਉਹਨਾਂ ਪ੍ਰਤੀ ਉਹੋ ਜਿਹਾ ਹੋਣਾ ਸੀਗਾ। ਸੋ ਬੰਦੇ ਇੱਕੋ ਜਿਹੇ ਹੁੰਦੇ ਨੇ ਤਾਂ ਬੰਦੇ ਰਲਦੇ ਆ, ਮਤ ਤਾਂ ਉਹਨਾਂ ਦੀ ਰਲਦੀ ਆ। ਸੋ ਜੈਨੂਅਨਲੀ ਨੇਕ ਦਿਲ ਇਨਸਾਨ ਨੇ, ਕੁਛ ਇਹ ਤਾਂ ਨਹੀਂ ਕਿ ਮੇਰੇ ਕਰਕੇ ਹੋ ਗਏ ਜਾਂ ਕੁਛ ਹੋਇਆ, ਤੇ ਇਹ ਤਾਂ ਬਾ ਕਮਾਲ ਬੰਦੇ ਆ, ਤਾਂ ਸਾਡੀ ਆਪੋ 'ਚ ਮਤਲਬ ਜੋੜੀ ਰਲੀ ਆ, ਮਾਲਕ ਮਿਹਰ ਕਰੇ। ਅਤੇ ਇਕੱਲਾ ਸਿਰਫ ਮੇਰੇ ਨਾਲ ਨਹੀਂ, ਇਹਨਾਂ ਦਾ ਹੋਰ ਵੀ ਬਹੁਤ ਲੋਕਾਂ ਨਾਲ ਪਿਆਰ ਆ, ਅਤੇ ਉਹ ਸਾਰਿਆਂ ਨਾਲ ਇੱਕ ਜੈਨੂਅਨ ਮਨ ਦੇ ਵਿੱਚ ਰਿਸਪੈਕਟ ਆ, ਸਤਿਕਾਰ ਆ, ਅਤੇ ਮਾਲਕ ਮਿਹਰ ਕਰੇ, ਹੋਰ ਅੱਗੇ ਚੰਗਾ ਇਹ ਜੋ ਹੀ ਹੁੰਦੇ ਬਾਈ ਜਦੋਂ ਦਿਲ ਤੋਂ ਪੰਜਾਬੀ ਹੋਵੇ। ਨਹੀਂ ਨਾਲੇ ਕੀ ਹੁੰਦਾ ਕਿ ਤੁਸੀਂ ਕਿਹਾ ਨਾ ਸਾਡੇ ਭਰਾ ਲਈ, ਇਹ ਸਿਰਫ ਤੁਹਾਡੇ ਭਰਾ ਨਹੀਂ, ਮੇਰੇ ਵੀ ਭਰਾ ਆ, ਅਤੇ ਹੁਣ ਫਿਲਮ ਆ ਲੈਣ ਤੋਂ ਪੂਰੇ ਦੇਸ਼ ਦੇ ਭਰਾ ਹੋ ਜਾਣਾ। ਪੰਜਾਬ ਆ ਕੇ ਬਹੁਤ ਕੁਛ ਖਾਧਾ ਆ, ਬਹੁਤ ਕੁਛ ਤੁਸੀਂ ਲੱਸੀਆਂ ਪੀਤੀਆਂ ਨੇ, ਪੰਜਾਬ ਦੀ ਕਿਹੜੀ ਚੀਜ਼ ਤੁਸੀਂ ਯੂਨੋ ਕੈਰੀ ਕਰਕੇ ਨਾਲ ਲੈ ਕੇ ਐਤਕੀ ਗਏ ਹੋ? ਕਿਉਂਕਿ ਹਰ ਇੱਕ ਮੂਮੈਂਟ ਨਾ ਪੰਜਾਬ 'ਚ ਜਿਹੜਾ ਵੀ ਇਨਸਾਨ ਆਉਂਦਾ ਨਾ, ਤਾਂ ਉਹਦੇ ਵਾਸਤੇ ਕੋਈ ਨਾ ਕੋਈ ਸਪੈਸ਼ਲ ਹੋ ਜਾਂਦੀ ਆ, ਜਿਹੜੀ ਚੀਜ਼ ਹਮੇਸ਼ਾ ਉਹਨੂੰ ਲਾਈਫ ਟਾਈਮ 'ਚ ਯਾਦ ਰਹਿੰਦੀ ਆ, ਤਾਂ ਅਸੀਂ ਜਾਣਨਾ ਚਾਹੁੰਦੇ ਕਿ ਤ੍ਰਿਪਤੀ ਨੂੰ ਕਿਹੜੀ ਚੀਜ਼ ਨੇ ਅਟਰੈਕਟ ਕੀਤਾ ਪੰਜਾਬ ਆ ਕੇ? ਜੀ ਮੈਂ ਦੇਖ ਰਹੀ ਹੂੰ, ਮੈਂ ਪਿਛਲੀ ਵਾਰ ਵੀ ਇਹ ਚੀਜ਼ ਓਬਜ਼ਰਵ ਕੀਤੀ ਔਰ ਅੱਜ ਵੀ ਕੀਆ ਹੈ ਕਿ ਲੋਕ ਬਹੁਤ ਪਿਆਰ ਸੇ ਮਿਲਤੇ ਜੁਲਤੇ ਹੈ ਔਰ ਬੋਲੀ ਬਹੁਤ ਪਿਆਰੀ ਹੈ, ਤੋ ਇਹ ਜ਼ਕੂਤ ਪੰਜਾਬੀਆਂ 'ਚ ਕੰਟਰੋਲ ਕਿਹੜਾ ਹੈ, ਬਹੁਤ ਅੱਛੀ ਬਾਤ ਹੈ, ਘੁਲਣਾ ਮਿਲਣਾ ਔਰ ਇੱਕ ਦੂਸਰੇ ਕੋ ਰਿਸਪੈਕਟ ਦੇਣਾ, ਤੋ ਇਹ ਚੀਜ਼ ਮਤਲਬ ਕਾਫੀ ਮੁਝੇ ਇੰਪ੍ਰੈਸਿਵ ਲੱਗੀ ਔਰ ਆਈ ਥਿੰਕ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਦੂਸਰੇ ਕੋ ਪਿਆਰ ਦੇਣਾ, ਪਿਆਰ ਬਾਂਟਨੇ ਸੇ ਬੜਾ ਕੁਛ ਨਹੀਂ ਹੁੰਦਾ। ਐਂਡ ਵਿੱਕੀ ਭਾਜੀ, ਹੁਣ ਗੱਲ ਸਪੋਰਟ ਦੀ ਆਉਂਦੀ ਆ, ਜਿਵੇਂ ਅਸੀਂ ਹੈ ਨਾ ਪਿੱਛੇ ਵੀ ਤੁਸੀਂ ਇੰਟਰਵਿਊ 'ਚ ਕਿਹਾ ਆ ਕਿ ਪੰਜਾਬੀ ਮਿਊਜ਼ਿਕ ਨੂੰ ਤੁਸੀਂ ਬੜਾ ਸਪੋਰਟ ਕਰਦੇ ਹੋ, ਪਿਆਰ ਕਰਦੇ ਹੋ, ਕਿਉਂਕਿ ਇਹ ਸਪੋਰਟ ਇਨ ਦਾ ਸੈਂਸ ਕਿ ਤੁਹਾਨੂੰ ਚੰਗਾ ਲੱਗਦਾ ਕਿ ਗੱਲ ਕਰਾਂ ਮੈਂ ਇਹ ਸਪੋਰਟ ਲਈ ਨਹੀਂ ਆ, ਮੇਰਾ ਜੈਨੂਅਨ ਇਸ਼ਕ ਆ ਪੰਜਾਬੀ ਮਿਊਜ਼ਿਕ ਦਾ। ਇਹ ਨਾ ਇਹਦਾ ਕੁਛ ਇਹਦਾ ਇੱਦਾਂ ਨਹੀਂ ਕਿ ਮੈਂ ਇਹਦੇ ਨਾਲ ਕੁਛ ਪ੍ਰੂਵ ਕਰਨਾ ਜਾਂ ਕੁਛ, ਉਹ ਮੇਰੀ ਆਈਡੈਂਟੀ ਦਾ ਹਿੱਸਾ ਆ, ਮੇਰੀ ਐਗਜ਼ਿਸਟੈਂਸ ਦਾ ਹਿੱਸਾ ਹੈ। ਮੈਂ ਸਵੇਰੇ ਉੱਠਦਾ, ਮੈਨੂੰ ਪੰਜਾਬੀ ਮਿਊਜ਼ਿਕ ਚਾਹੀਦਾ ਹੁੰਦਾ, ਗੱਡੀ 'ਚ ਬਹਿਣਾ ਮੈਨੂੰ ਚਾਹੀਦਾ ਹੁੰਦਾ, ਵੈਨ 'ਚ ਮੇਰੇ ਚਾਹੀਦਾ ਹੁੰਦਾ। ਇਟ ਇਜ਼ ਜਸਟ ਜਿਹੜਾ ਜਿੱਦਾਂ ਦਾ ਮੈਂ ਰਿਹਾ ਬਚਪਨ ਤੋਂ, ਹੁਣ ਇੰਟਰਨੈਟ ਦੇ ਜ਼ਰੀਏ ਲੋਕਾਂ ਤੱਕ ਪਹੁੰਚ ਜਾਂਦੀ ਉਹ ਗੱਲ, ਪਰ ਉਹ ਇੱਦਾਂ ਮੈਂ ਸਪੋਰਟ ਸੋਚ ਕੇ ਨਹੀਂ ਕਰਦਾ ਕਿ ਇਹ ਸਪੋਰਟ ਆ, ਪਰ ਬਾਕੀ ਮੈਨੂੰ ਲੱਗਦਾ ਕਿ ਜਿਹੜੇ ਕਲਾਕਾਰ ਆ ਜਿਹੜੇ ਹੁਣ ਤਾਂ ਬਹੁਤ ਕਮਾਲ ਦੇ ਇੰਡੀਪੈਂਡੈਂਟ ਆਰਟਿਸਟ ਆ ਗਏ ਆ ਪੰਜਾਬੀ ਮਿਊਜ਼ਿਕ ਸੀਨ 'ਚ, ਅਤੇ ਸਾਰਿਆਂ ਦੀ ਆਪਣੀ ਕਿਸਮਤ ਆ, ਜਿਹੜੇ ਗਾਣੇ ਨੇ ਹਿੱਟ ਹੋਣਾ ਉਹ ਹੋਣਾ ਹੀ ਆ, ਮੈਂ ਕਰਾਂ ਨਹੀਂ ਕਰਾਂ ਮੇਰੇ ਕਰਕੇ ਕੁਛ ਨਹੀਂ ਹੁੰਦਾ ਪਿਆ, ਪਰ ਉਹ ਮੇਰਾ ਜੋ ਰਿਲੇਸ਼ਨਸ਼ਿਪ ਆ ਨਾ ਪੰਜਾਬੀ ਮਿਊਜ਼ਿਕ ਨਾਲ, ਉਹ ਇੱਦਾਂ ਅਨਕੰਡੀਸ਼ਨਲ ਆ। ਐਂਡ ਡਿਡ ਯੂ ਫੀਲ ਕਿ ਜਿਵੇਂ ਦਿਲਜੀਤ ਭਾਅ ਜੀ ਹੋ ਗਏ, ਐਮੀ ਭਾਅ ਜੀ ਹੋ ਗਏ, ਕਰਨ ਭਾਅ ਜੀ ਹੋ ਗਏ, ਸਿੱਧੂ ਭਾਅ ਜੀ ਹੋ ਗਏ, ਸ਼ੁਭ ਹੋ ਗਿਆ, ਏ ਪੀ ਭਾਅ ਜੀ ਹੋ ਗਏ, ਇਹ ਸਾਰੇ ਪੰਜਾਬ ਤੋਂ ਬਿਲੋਂਗ ਕਰ ਰਹੇ ਤੁਸੀਂ ਵੀ, ਹੈ ਨਾ, ਜਿਵੇਂ ਵੀ ਔਖਾ ਲੱਗਦਾ ਸੀਗਾ ਕਦੀ ਕਦੀ ਕਿ ਉਹਨੂੰ ਅੱਜ ਤੋਂ ਕੁਛ ਸਾਲ ਪਹਿਲਾਂ ਜੀ ਗੱਲ ਕਰ ਲਈ ਕਿ ਬਾਲੀਵੁੱਡ 'ਚ ਜਾ ਕੇ ਕਿਵੇਂ ਜਾਵਾਂਗੇ, ਕਿਵੇਂ ਰਸਤੇ ਖੁੱਲ੍ਹਣਗੇ ਜਾਂ ਕਿਸ ਤਰੀਕੇ ਦਾ ਨਾਮ ਬਣੂਗਾ ਸਪੈਸ਼ਲੀ, ਹੈ ਨਾ। ਅੱਜ ਅਸੀਂ ਦੇਖ ਪਾ ਰਹੇ ਹਾਂ ਕਿ ਮੈਨੂੰ ਇਹ ਲੱਗਦਾ ਕਿ ਪੰਜਾਬੀ ਮਿਊਜ਼ਿਕ ਜਦ ਤੱਕ ਨਹੀਂ ਹੈਗਾ ਤਦ ਤੱਕ ਮੇਰੇ ਖਿਆਲ ਤੋਂ ਗਾਣੇ ਅਧੂਰੇ ਨੇ ਕਿਸੇ ਕਿਤੇ ਕਿਤੇ, ਹੈ ਨਾ, ਸੋਚਦੇ ਹੁੰਦੇ। ਨਹੀਂ ਮੈਂ ਸਹੀ ਗੱਲ ਕਹਾਂ, ਆਰਟਿਸਟ ਜਦੋਂ ਪਿਓਰ ਹੋਵੇ ਨਾ, ਅੱਛਾ ਹੋਵੇ, ਸੱਚਾ ਹੋਵੇ, ਬਾਲੀਵੁੱਡ ਇੱਦਾਂ ਨਹੀਂ ਕਿ ਕੋਈ ਬਹੁਤ ਵੱਡੀ ਚੀਜ਼ ਆ, ਉਹ ਫਿਰ ਪੂਰੀ ਦੁਨੀਆ 'ਚ ਤੁਹਾਡੀ ਪਲੈਟਫਾਰਮ ਆ, ਹੈ ਨਾ। ਤਾਂ ਉਹ ਹੁਣ ਪੰਜਾਬੀ ਆਰਟਿਸਟ ਪੂਰੀ ਦੁਨੀਆ 'ਚ ਆ, ਉਹ ਗਲੋਬਲ ਆਰਟਿਸਟ ਆ, ਤਾਂ ਉਹ ਮਤਲਬ ਜਦੋਂ ਜਿੱਦਾਂ ਏਮੀ ਭਾਅ ਜੀ ਜੇ ਆਉਂਦੇ, ਉਹ ਬਾਲੀਵੁੱਡ ਦੀ ਖੁਸ਼ਕਿਸਮਤੀ ਹੈ ਕਿ ਇਹ ਕਰਦੇ ਪਏ ਆ ਕੰਮ ਸਾਡੇ ਨਾਲ, ਤਾਂ ਉਹ ਔਥੈਂਟਿਸਿਟੀ ਸਾਡੇ ਕੋਲ ਆਉਂਦੀ ਪਈ ਆ, ਉਹ ਕਲਚਰ ਸਾਡੇ ਕੋਲ ਆਉਂਦਾ ਪਿਆ, ਉਹ ਮਿੱਟੀ ਦੀ ਖੁਸ਼ਬੂ ਪਿਆਰ ਸਾਰਾ ਆਉਂਦਾ ਪਿਆ, ਤਾਂ ਉਹ ਇਟ ਇਜ਼ ਮਤਲਬ ਹੁਣ ਪੰਜਾਬੀ ਆਰਟਿਸਟ ਗਲੋਬਲ ਲੈਵਲ 'ਤੇ ਆ, ਵੱਡੇ ਪੱਧਰ 'ਤੇ। ਐਮੀ ਬਾਈ, ਕੁੜਤਾ ਚਾਦਰਾ ਪਾ ਕੇ ਜਾਣਾ, ਪੰਜਾਬ ਦੇ ਜਿਹੜੇ ਰੂਟਸ ਹੈਗੇ ਆ ਉਹਨਾਂ ਨੂੰ ਇਸ ਲੈਵਲ ਤੱਕ ਮੇਨਟੇਨ ਕਰਕੇ ਰੱਖਣਾ ਕਿ ਹਾਂ ਵੀ ਤੁਸੀਂ ਪਤਾ ਲੱਗਦਾ ਕਿ ਇਨਸਾਨ ਇੱਕ ਤਾਂ ਦਿਲ ਤੋਂ ਪੰਜਾਬੀ, ਇੱਕ ਆਪਣੇ ਰੂਟਸ ਨਾਲ ਜੁੜਿਆ ਹੋਇਆ, ਐਂਡ ਦੂਜੀ ਗੱਲ ਕਿ ਮਾਣ ਹੁੰਦਾ ਆ, ਹੈ ਨਾ, ਜਦੋਂ ਅਸੀਂ ਆਪਣੇ ਹੀ ਯੂਨੋ ਜਿਹੜਾ ਸਾਡਾ ਬਾਣਾ ਹੈਗਾ ਉਹਦੇ 'ਚ ਅਸੀਂ ਜਾਣਦੇ ਹਾਂ, ਪਛਾਣ ਇਸ ਤਰੀਕੇ ਨਾਲ ਬਣਦੀ ਹੈ, ਇਹਦਾ ਕਿੰਨਾ ਕੁ ਨੈਕਸਟ ਲੈਵਲ ਫੀਲ ਆ, ਇਹਦਾ ਕਿੰਨਾ ਕੁ ਆਪਣੇ ਆਪ ਨੂੰ ਮਾਣ ਹੁੰਦਾ, ਸੈਲਫ ਪ੍ਰਾਊਡ ਕਿੰਨਾ ਹੁੰਦਾ?
ਨਹੀਂ ਹੁੰਦਾ ਹੀ ਆ, ਹਰ ਜਗ੍ਹਾ ਸਤਿਕਾਰ ਮਿਲਦਾ। ਸਭ ਤੋਂ ਵੱਡੀ ਗੱਲ ਆ ਜਿਹੜਾ ਸਿਰ 'ਤੇ ਤਾਜ ਸਜਾਇਆ ਨਾ ਅਕਾਲ ਪੁਰਖ ਨੇ ਸਾਡੇ, ਇਦੋਂ ਵੱਡੀ ਚੀਜ਼ ਹੀ ਕੋਈ ਨਹੀਂ। ਮੈਂ ਪਹਿਲਾਂ ਵੀ ਕਈ ਇੰਟਰਵਿਊ 'ਚ ਕਹਿੰਦਾ ਹੁੰਦਾ, ਸਭ ਤੋਂ ਵੱਡੀ ਮਾਣ ਵਾਲੀ ਗੱਲ ਉਹ ਹੁੰਦੀ ਆ ਫਿਲਮਾਂ, ਗਾਣੇ, ਇਹ ਉਹ ਸਾਰੀਆਂ ਬਹੁਤ ਹਲਕੀਆਂ ਚੀਜ਼ਾਂ, ਠੀਕ ਹੈ, ਇਹਦੇ ਕਰਕੇ ਪਹਿਚਾਣ ਬਣੀ ਆ। ਪਰ ਜਦੋਂ ਤੁਹਾਨੂੰ ਕੋਈ ਫੋਨ ਇੱਦਾਂ ਦਾ ਆਉਂਦਾ ਜਾਂ ਮੈਸੇਜ ਇੱਦਾਂ ਦਾ ਆਉਂਦਾ ਵੀ ਬੇਟਾ ਤੁਹਾਡੇ ਕਰਕੇ ਸਾਡਾ ਬੱਚਾ ਪੱਗ ਬੰਨਣ ਲੱਗਿਆ, ਜਾਂ ਕਿਸੇ ਦਾ ਮੈਸੇਜ ਆਉਂਦਾ ਵੀ ਵੀਰੇ ਤੇਰੇ ਕਰਕੇ ਮੈਂ ਵਾਰ ਰੱਖਿਆ ਅਤੇ ਪੱਗ ਬੰਨਣ ਲੱਗਿਆ, ਉਹ ਇੱਕ ਅਲੱਗ ਫੀਲ ਆ। ਸੋ ਇਹ ਪਹਿਚਾਣ ਆ। ਅਤੇ ਬਾਕੀ ਮਤਲਬ ਜਿੰਨੇ ਵੀ ਸਰਦਾਰ ਆਰਟਿਸਟ ਨੇ, ਖਾਸ ਤੌਰ 'ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਅਤੇ ਇਹ ਮੋੜ ਪਿਆ ਆ, ਤੁਸੀਂ ਮੰਨੋ ਚਾਹੇ ਨਾ ਮੰਨੋ, ਪੰਜਾਬ ਲੈਵਲ ਦੀ ਮੈਂ ਗੱਲ ਕਰਦਾ, ਇੰਟਰਨੈਸ਼ਨਲ ਲੈਵਲ ਦੀ ਬੇਸਿਕਲੀ। ਅਤੇ ਜਿਹੜੇ ਜਿਹੜੇ ਵੀ ਸਰਦਾਰ ਸੀਗੇ ਪਹਿਲਾਂ, ਇੱਕ ਭਾਅ ਜੀ ਮਨ ਦੇ ਵਿੱਚ ਲੋਕਾਂ ਦੀ ਇੱਕ ਚੀਜ਼ ਹੁੰਦੀ ਸੀਗੀ, ਲੋਕ ਸੋਚਦੇ ਸੀ ਵੀ ਸਰਦਾਰ ਕੁੜੀ ਦੇ ਪੁਆਇੰਟ ਆਫ ਵਿਊ ਤੋਂ ਜੇ ਮੈਂ ਗੱਲ ਕਰਾਂ, ਕਹਿੰਦੇ ਵੀ ਸਰਦਾਰ ਮੁੰਡਾ ਮੈਂ ਵਿਆਹ ਨਹੀਂ ਕਰਾਉਣਾ। ਅੱਜ ਕੱਲ੍ਹ ਇੱਦਾਂ ਹੁੰਦਾ ਵੀ ਸਰਦਾਰ ਬੰਦਾ ਤਾਂ ਮਨ ਕਰਦਾ ਵੀ ਅਸੀਂ ਸੇਫ ਐਂਡ ਸਿਕਿਓਰ ਹਾਂ, ਅਤੇ ਵੀ ਸਰਦਾਰ ਮੁੰਡਾ ਓਕੇ ਹੈ, ਸੋਹਣਾ ਲੱਗਦਾ, ਵਧੀਆ ਲੱਗਦਾ, ਉਹ ਸਾਰੀਆਂ ਚੀਜ਼ਾਂ ਨੇ। ਬਾਕੀ ਉਂਝ ਵੀ ਮਾਰਾ ਕਿਰਪਾ ਕਰਨੀ ਆ, ਜਿਹੜਾ ਉਹ ਰੈਵੋਲਿਊਸ਼ਨ ਐਵੋਲਿਊਸ਼ਨ ਸਾਰੀਆਂ ਚੀਜ਼ਾਂ ਹੁੰਦੀਆਂ ਵਾਰੀ ਘਰੇ ਲੈ ਕੇ ਗਏ ਜਦੋਂ ਵਿੱਕੀ ਭਾਈ ਤ੍ਰਿਪਤੀ ਹੋਰਾਂ ਨੂੰ, ਬੇਬੇ ਦਾ ਕਿੱਦਾਂ ਦਾ ਇਹਨਾਂ ਰਵੱਈਆ ਸੀਗਾ, ਜਾਂ ਵਾਈਫ ਭਾਬੀ ਹੋਰੀ, ਹਾਂ ਭਾਬੀ ਹੋਰੀ ਜਾਂ ਬੇਟੀ ਹੋਰੀ? ਹਾਂ, ਉਹ ਤਾਂ ਬਹੁਤ ਖੁਸ਼ ਸੀਗੇ ਸਾਰੇ, ਸਾਰਿਆਂ ਨੂੰ ਚਾਅ ਚੜਦਾ ਓਬੀਅਸਲੀ ਨਾ, ਮੇਰਾ ਵੀਰ ਆਇਆ ਅਤੇ ਸਾਡੇ ਮਤਲਬ ਇੰਨੇ ਪਿਆਰੇ ਦੋਸਤ ਜਦੋਂ ਘਰ ਪੜ੍ਹਦੇ, ਇਦੋਂ ਵੱਡਾ ਚਾਅ ਹੀ ਕੀ ਚੜ੍ਹਨਾ ਕਿਸੇ ਨੂੰ ਹੈ। ਅਤੇ ਘਰੇ ਬੜਾ ਮਸਲਾ ਰਿਹਾ, ਮੇਰੀ ਡਾਟਰ ਬੜੀ ਰੋਈ ਵੀ ਚਾਚੀ ਚੱਲੇ, ਚਾਚੀ ਚੱਲੇ। ਮੈਂ ਸੱਚੀ, ਮੇਰਾ ਦਿਲ ਨੂੰ ਕੁਛ ਹੋ ਗਿਆ ਸੱਚੀ। ਮੈਂ ਜਦੋਂ ਭਾਬੀ ਨੂੰ ਮਿਲਿਆ ਬਹੁਤ ਸਵੀਟ ਸੀਗੇ, ਇੰਨਾ ਮਤਲਬ ਸੱਚੀ ਇੱਦਾਂ ਘਰ ਵਾਂਗੂ ਸਾਨੂੰ ਟ੍ਰੀਟ ਕੀਤਾ, ਨਾਲੇ ਇਹਨਾਂ ਦੀ ਕੁੜੀ। ਮੈਂ ਕਹਿੰਦਾ ਉਹਨੂੰ ਜਦੋਂ ਮੈਂ ਮਿਲਿਆ ਨਾ, ਮੇਰਾ 0% ਮਨ ਸੀਗਾ ਕਿ ਮੈਂ ਇਹਨਾਂ ਦੇ ਘਰ ਚੋਂ ਬਾਹਰ ਨਿਕਲ ਕੇ ਫਿਲਮ ਪ੍ਰਮੋਟ ਕਰਾਂ। ਇੰਨੀ ਮਤਲਬ ਇੰਨਾ ਪਿਆਰ ਦਿੱਤਾ ਉਹਨੇ, ਨਾਲੇ ਜਦੋਂ ਨਿਕਲਦੇ ਪਏ ਸੀ ਇੱਦਾਂ ਰੋਣ ਲੱਗ ਪਈ, ਵਿੱਕੀ ਚਾਚੂ ਨਾ ਜਾਓ। ਮੈਂ ਕਿਹਾ ਯਾਰ ਮੈਂ ਕਿੱਦਾਂ ਜਾ ਕੇ ਕੰਮ ਕਰਾਂ? ਮੈਂ ਇਹਨਾਂ ਨੂੰ ਪੁੱਛਦਾ ਸੀ ਤੁਸੀਂ ਨਿਕਲਦੇ ਕਿੱਦਾਂ ਘਰੋਂ? ਇੰਨੀ ਕਿਊਟ ਕੁੜੀ ਆ, ਬਹੁਤ ਸੱਚੀ। ਆਫਟਰ ਐਨੀਮਲ ਲਾਈਫ 'ਚ ਬਹੁਤ ਸਾਰੀ ਹੋਪਸ, ਬਹੁਤ ਸਾਰਾ ਯੂ ਨੋ ਇੱਕ ਪੋਜ਼ਿਟਿਵ, ਐਂਡ ਸਪੈਸ਼ਲੀ ਜਿਵੇਂ ਜਿਵੇਂ ਤੁਹਾਡਾ ਕੋਈ ਨੈਕਸਟ ਪ੍ਰੋਜੈਕਟ ਆਉਂਦਾ ਨਾ, ਕਿਉਂਕਿ ਆਰਟਿਸਟ ਬੜੀ ਮਿਹਨਤ ਨਾਲ, ਬੜੀ ਸਟਰਗਲ ਨਾਲ ਉਹ ਫੇਸ ਦੇਖਦਾ ਜਿਹਦੇ ਵਾਸਤੇ ਉਹ ਕਦੇ ਸੁਪਨੇ ਲੈਂਦਾ ਹੁੰਦਾ, ਤਾਂ ਤੁਹਾਡੇ ਹਿੱਸੇ ਅਸੀਂ ਐਨੀਮਲ ਤੋਂ ਬਾਅਦ ਜਿੱਦਾਂ ਜਿੱਦਾਂ ਤੁਸੀਂ ਦੇਖਦੇ ਰਹੇ ਹੋ ਤੁਹਾਡੇ ਚਿਹਰੇ 'ਤੇ ਇੱਕ ਅਲੱਗ ਐਕਸਪ੍ਰੈਸ਼ਨ, ਇੱਕ ਹੋਪ, ਇੱਕ ਪੋਜ਼ਿਟਿਵਨੈਸ, ਇੱਕ ਯੂ ਨੋ ਸਮਾਈਲ ਉਹ ਰਹੀ ਹੈ, ਇਹਦਾ ਕਿੰਨਾ ਕਿ ਯੂ ਨੋ ਇੱਕ ਕਿੰਨਾ ਕੁ ਮਜ਼ਾ ਆਉਂਦਾ ਹੈ ਇਹ ਲਾਈਫ ਦੇਖ ਕੇ ਇੱਕ ਹਿੱਟ ਤੋਂ ਬਾਅਦ। ਕਾਫੀ ਮਜ਼ਾ ਆਤਾ ਹੈ, ਬਹੁਤ ਖੁਸ਼ੀ ਹੋਤੀ ਹੈ। ਮਤਲਬ ਇੱਕ ਟਾਈਮ ਪੇ ਆਪ ਸੁਪਨੇ ਦੇਖਤੇ ਹੋ ਕਿ ਇਹ ਕਭੀ ਹੋਗਾ, ਔਰ ਆਜ ਜਬ ਉਹ ਸਭ ਹੋਤਾ ਹੈ ਤੋ ਕਭੀ ਕਭੀ ਲਗਤਾ ਹੈ ਕਿ ਸੱਚ ਮੇ ਹੋ ਰਹਾ ਹੈ ਜਾਂ ਨਹੀਂ ਹੋ ਰਹਾ ਹੈ। ਆਜ ਵੀ ਮੈਂ ਸੁਪਨੇ ਦੇਖ ਰਹੀ ਹੂੰ, ਬਟ ਬਹੁਤ ਖੁਸ਼ੀ ਮਿਲਤੀ ਹੈ ਜਬ ਲੋਕੋ ਕਾ ਪਿਆਰ ਮਿਲਤਾ ਹੈ, ਜਬ ਲੋਕ ਆਪਕੇ ਕਾਮ ਕੋ ਪਸੰਦ ਕਰਤੇ, ਆਪਕੋ ਇੱਛਾ ਹੋਤੀ ਹੈ ਕਿ ਆਪ ਔਰ ਅੱਛਾ ਕਰਤੇ ਰਹੋ। ਔਰ ਮੈਂ ਇਹੀ ਚਾਹੂੰਗੀ ਕਿ ਆਗੇ ਵੀ ਲੋਕੋ ਕੋ ਮੇਰਾ ਕਾਮ ਪਸੰਦ ਆਤਾ ਰਹੇ, ਮਿਹਨਤ ਪੂਰੀ ਰਹੇਗੀ, ਦੇਖੀ ਆਗੇ ਕਿਆ ਹੋਗਾ। ਇਨਫੈਕਟ ਆਈ ਵਿਸ਼ ਕਿ ਤੁਹਾਡੀ ਇਹ ਬੈਡ ਨਿਊਜ਼ ਗੁੱਡ ਨਿਊਜ਼ ਬਣ ਕੇ ਆਏ, ਐਸੀ ਗੁੱਡ ਨਿਊਜ਼ ਬਣੇ ਕਿ ਤੁਸੀਂ ਪਾਰਟ 2-3 ਬਣਾਈ ਜਾਓ, ਐਂਡ ਕਰਨ ਜੋਹਰ ਭਾਅ ਜੀ ਨਾਲ ਨੇ, ਤਾਂ ਸਾਨੂੰ ਤਾਂ ਐਕਸਾਈਟਿਡ ਇਸ ਚੀਜ਼ ਦੀ ਹੁੰਦੀ ਕਿ ਜਿਹੜਾ ਕੋਈ ਵੱਡਾ ਪ੍ਰੋਡਕਸ਼ਨ ਹਾਊਸ ਸਪੈਸ਼ਲੀ ਹੈ ਨਾ, ਜਦੋਂ ਕੋਈ ਫਿਲਮ ਅੱਛੇ ਕੰਟੈਂਟ ਦੀ ਕਰਦਾ, ਐਂਡ ਦੂਜੀ ਗੱਲ ਸਾਨੂੰ ਸਾਡੇ ਭਰਾਵਾਂ 'ਤੇ ਵੀ ਮਾਣ ਹੈ, ਐਂਡ ਤ੍ਰਿਪਤੀ ਤੁਹਾਡੇ 'ਤੇ ਵੀ ਸਾਨੂੰ ਬਹੁਤ ਜ਼ਿਆਦਾ ਪ੍ਰਾਊਡ ਹੈ। ਥੈਂਕ ਯੂ ਸੋ ਮਚ ਫੋਰ ਦਾ ਲਵਲੀ ਕੰਵਰਸੇਸ਼ਨ। ਬਟ ਅਸੀਂ ਜਿਹੜਾ ਐਂਡ ਅਪ ਕਰਾਂਗੇ ਤੁਹਾਡੇ ਦੋਨਾਂ ਦੇ ਯੂ ਨੋ ਗਾਣੇ ਤੋਂ ਕਰਾਂਗੇ, ਤੁਸੀਂ ਸਾਥ ਦਿਓ ਐਂਡ ਦੋਨੋਂ ਗਾਣੇ ਗਾਇਓ, ਸਭ ਕੁਛ ਬਦਲ ਗਿਆ ਮੇਰਾ, ਸਭ ਕੁਛ ਬਦਲ ਗਿਆ ਮੇਰਾ, ਚੱਲ ਜਰ ਹੀ ਜਾਵਾਂਗੀ ਵਿਜੇ, ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ। ਥੈਂਕ ਯੂ ਸੋ ਮਚ ਗਾਇਸ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ।